ये सरकार कदों जागेगी जो किसी का इतने जानी नुकसान होया या किसी का होर नुकसान हो गया इन बैटर है भी हूँ ही इनू काबू किया जाए। अज्ञात बंदे मोटरसाइकिल आए हैं तो साढ़े गनमैन को राइफल खो के लै गए हैं। मेरी प्रशासन को यही अपील है भी जल्द तो जल्द इन अंतरों को पकड़िया जाए। वारदात हुई है जी थोड़े पंप से जी। सर मैं गुद्दा टंडी रोड पर मेरा पेट्रोल पंप है जी गोयल फिलिंग स्टेशन के नाम से। करीब 9:15 बजे मैं पंप के मैनेजर का फोन आया है। मैं उस टाइम घर से भी पंप से तीन अज्ञात बंदे मोटरसाइकिल आए हैं तो साढ़े गनमैन को राइफल खो के लै गए हैं। उन्होंने कुटमार भी की है। मैं मौके पर उदों नाल इतने आया तो देखा इतने फायर भी किए हुए थे। कुछ फायर उन्होंने अपनी पिस्टल चो किए हुए थे कुछ साढ़े गार्ड की राइफल तो किए हुए थे। तो उस गार्ड की राइफल भी खो के लै गए हैं। तो इन्ना शुक्र है कि कोई जानी नुकसान होने तो बचत होगी। राइफल खो के फिर इधर गुद्दा टंडी वाले पास निकल गए हैं। अज का नहीं है साढ़े पंप तो अज होया है पर गुरु साहिब के तीजी चौथी वारदात हो गई जी लगातार और रोज़ ये डर का माहौल बन रहा है। इतने रहना सुरक्षित नहीं रह गया। मेरी प्रशासन को यही अपील है भी जल्द तो जल्द इन अंतरों को पकड़िया जाए इन पर कार्रवाई की जाए और कोई माहौल वधिया तरीके बनाया जाए ताकि डर खत्म होवे लोगों का। की मन जी किस तरह का माहौल चल रहा गुरुवर साहब जिम्मे आए दिन लुट्टा खोह हो रही है जी। माहौल बहुत गलत हो रहा है जी दिनों दिन लोगों में डर का माहौल बन रहा है। ता ही इतों का यूथ भी अच्छ बाहर जाने भज रहा है जी। जी जी हर रोज़ कोई ना कोई वारदात हो रही है किसी ना लुट्ट खो हो रही है। जो सरकार कदों जागेगी जो किसी का इतने जानी नुकसान होया या किसी का होर नुकसान हो गया इन बैटर है भी हूँ ही इनू काबू किया जाए ता जो इनू सही किया जा सके काम। जी जी हाँ जी श्रीमान जी किस तरह की वारदात जी। मैं चंडीगढ़ पंप ड्यूटी करदा ਪੰਜਾਬ ਡਿਊਟੀ ਅਤੇ ਅਸੀਂ ਆਪਣੇ ਗੁੰਡੇ ਅਸੀਂ ਤਿੰਨ ਗੁੰਡੇ ਸੀਗੇ ਉਹ ਮੇਰੀ ਲੈ ਕੇ ਖਿੱਚ ਖਿੱਚ ਕੇ ਲੈ ਕੇ ਆਪਣੀ ਆਪਣੀ ਗੰਨ ਲੈ ਕੇ ਖੋ ਕੇ ਗੰਨ ਖੋ ਕੇ ਲੈ ਕੇ ਲੈ ਗਏ। ਫਾਇਰ ਕੀਤੀ ਆ ਤਿੰਨ ਬੰਦੇ ਸੀਗੇ। ਹਾਂਜੀ ਅੱਛਾ ਪ੍ਰਮੋਟ ਸਿੰਘ ਹਾਂ ਹੋਈ ਆ ਹੋਈ ਆ ਉਹਨੇ ਜਿਹੜੀ ਕਿ ਮੇਰੀ ਪੱਗ ਲਾਈ ਆ ਕਿੱਧਰ ਨੂੰ ਗਏ ਫਿਰ ਜੀ ਐਨ ਗਏ ਆਪਣੇ ਕਿੱਧਰ ਨੂੰ ਗਏ ਜੀ ਗੁੱਧਰ ਨੇ ਰੋਡ ਉਹ ਕਹਿੰਦੇ ਤੂੰ ਜਾਨੀ ਕਿ ਸੰਦੇ ਦੇ ਜਾਨੀ ਗਾਣੇ ਦੇ ਗਾਣਾ ਗਾਲਾਂ ਕੱਢੀਆਂ ਮੈਂ ਕੱਢੀਆਂ ਗਾਲਾਂ ਕੱਢਦੇ ਮੁੜ ਕੇ ਜਾਨੀ ਕਿ ਗਾਣੇ ਹਾਂਜੀ ਮੂੰਹ ਬੰਨੇ ਸੀਗੇ ਇੱਕ ਨੇ ਕਾਲਾ ਖੋਇਆ ਖਵਾਈ ਵੀ ਹੋਈ ਇੱਥੇ ਹਾਂ ਖੋਇਆ ਹੋਈ ਕੀ ਲੈ ਕੇ ਗਏ ਉਹ ਜਾਨੀ ਆਪਣੇ ਕੋਲ ਲੈ ਕੇ ਜਾਨੀ ਕਿ ਗਾਣੇ ਖੋਲ ਲੈ ਗਏ ਮੇਰੀ 12 ਕਿੰਨੇ ਬੋਰ ਸੀ 12 ਬੋਰ 12 ਬੋਰ ਇਹ ਕਸਬਾ ਗੁਰੂਵਾਰ ਸਾਹਿਬ ਦੇ ਵਿੱਚ ਗੁੱਦਰ ਟੰਡੀ ਰੋਡ ਦੇ ਉੱਤੇ ਨਿਆਰਾ ਪੈਟਰੋਲ ਪੰਪ ਦੇ ਉੱਤੇ ਕਰੀਬ 9:15 ਵਜੇ ਦੇ ਨੇੜੇ ਤਿੰਨ ਨੌਜਵਾਨ ਮੋਟਰਸਾਈਕਲ ਦੇ ਉੱਤੇ ਆਏ ਜਿਨ੍ਹਾਂ ਨੇ ਇੱਥੋਂ 200 ਰੁਪਏ ਦਾ ਜਿਹੜਾ ਤੇਲ ਪਾਇਆ ਅਤੇ ਇੱਥੋਂ ਦਾ ਜਿਹੜਾ ਪੈਟਰੋਲ ਪੰਪ ਦਾ ਗਾਰਡ ਮੁਖਤਿਆਰ ਸਿੰਘ ਚੱਪਾ ਡਿੱਕੀ ਦਾ ਰਹਿਣ ਵਾਲਾ ਸਾਬਕਾ ਫੌਜੀ ਉਹ ਆਫਿਸ ਦੇ ਕੋਲ ਆਪਣੀ 12 ਬੋਰ ਗਨ ਡਬਲ ਬੈਰ ਲੈ ਕੇ ਬੈਠਾ ਸੀ ਅਤੇ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਪਹਿਲਾਂ ਉਹਦੇ ਕੋਲ ਜਾ ਕੇ ਖੜ੍ਹਾ ਹੋ ਗਿਆ ਅਤੇ ਦੂਸਰਾ ਵੀ ਉੱਥੇ ਚਲਾ ਗਿਆ ਅਤੇ ਉਹਨਾਂ ਨੇ ਉੱਥੇ ਜਿਹੜੀ ਉਹਦੀ ਬੰਦੂਕ ਸੀਗੀ ਉੱਥੋਂ ਖੋਲ੍ਹੀ ਅਤੇ ਦੋ ਜਿਹੜੇ ਆ 32 ਬੋਰ ਪਿਸਟਲ ਦੇ ਨਾਲ ਫਾਇਰ ਕੀਤੇ। ਉਹ ਤੋਂ ਬਾਅਦ ਉਹ ਤਿੰਨੇ ਜਣੇ ਬੰਦੂਕ ਲੈ ਕੇ ਮੋਟਰਸਾਈਕਲ 'ਤੇ ਲੈ ਕੇ ਗੁੱਦਰ ਟੰਡੀ ਬੁੱਢੇ ਨੂੰ ਭੱਜ ਗਏ। ਸਰ ਕੁਛ ਨਕਦੀ ਵੀ ਲੈ ਕੇ ਗਏ? ਨਹੀਂ ਕੋਈ ਨਕਦੀ ਨਹੀਂ ਲੈ ਕੇ ਗਏ ਸਿਰਫ ਜਿਹੜਾ ਇਹ ਗਾਨੀ ਲੈ ਕੇ ਗਏ ਆ। ਬਾਰਾਂ ਇਸ ਰੋਡ 'ਤੇ ਕੋਈ ਗਾਰਡ ਵਗੈਰਾ ਚੱਲਦੀ ਹੈ? ਨਹੀਂ ਜੀ ਇਸ ਰੋਡ ਦੇ ਉੱਤੇ ਜਿਹੜੀ ਆ ਨਹੀਂ ਗੋਲੂਆ ਵੱਲ ਨੂੰ ਚੱਲਦੀ ਇਸ ਟਾਈਮ 'ਤੇ ਰਾਤ ਨੂੰ ਤਾਂ ਚੱਲਦੀ ਹੈ ਪਰ ਅਜੇ ਇਸ ਟਾਈਮ 'ਤੇ ਨਹੀਂ ਸੀ ਹੈਗੀ। ਸਰ ਅੱਗੇ ਵੀ ਇੱਕ ਦੋ ਦਿਨਾਂ 'ਚ ਹੋਰ ਵੀ ਵਾਰਦਾਤ ਹੋਈਆਂ ਮਤਲਬ ਇੱਥੇ ਗਾਰਡ ਜ਼ਰੂਰੀ ਹੈ ਵੈਸੇ ਤਾਂ? ਕੋਈ ਗੱਲ ਨਹੀਂ ਜੀ ਇੱਦਾਂ ਵੀ ਚੱਲਦੀ ਹੈ ਰਾਤ ਨੂੰ ਕਿਸ਼ਤ। ਮੈਂ ਰਾਤ ਗਿਆ ਸੀਗਾ ਰਾਤ ਮੈਂ 2 ਵਜੇ ਵਾਪਸ ਆਇਆ 12 ਵਜੇ ਗਿਆ ਸੀਗਾ ਮੈਂ ਵੀ ਗੇੜਾ ਮਾਰਦਾ ਰਹਿੰਦਾ ਪਰ ਮਤਲਬ ਕੋਈ ਗੱਲ ਨਹੀਂ ਸਾਰਾ ਕੁਝ ਜੇ ਹੋਈਆਂ ਨੇ ਜਿਹੜੀਆਂ ਉਹਨਾਂ ਨਾਲ ਕੀਤੀ ਜਾਏਗੀ। ਹਾਂ ਸਿੱਟੇ 'ਤੇ ਉਹ ਖੰਗਾਰ ਰਹੇ ਹਾਂ ਜਾ ਰਹੇ ਹਾਂ ਅੱਗੇ ਵੀ ਵੇਖਦੇ ਹਾਂ ਇੱਥੇ ਵੀ ਵੇਖੀਆਂ ਨੇ ਉਹਦੇ ਵਿੱਚ CCTV ਫੁਟੇਜ ਦੇ ਵਿੱਚ 3 ਨੌਜਵਾਨ ਹੀ ਹੈ ਜਿਹੜੇ ਉਹਨਾਂ ਨੇ ਮੂੰਹ ਬੰਨੇ ਹੋਏ ਇਹਨਾਂ ਵੱਲੋਂ ਇਹ ਵਾਰਦਾਤ ਕੀਤੀ ਗਈ। ਸਰ 3 ਦਿਨ ਪਹਿਲਾਂ ਇੱਕ ਕੱਪੜਾ ਵਪਾਰੀ ਦਾ ਵੀ ਹੋਇਆ ਸੀ ਇੱਦਾਂ ਉਹਦਾ ਕੋਈ ਪਤਾ ਲੱਗਿਆ? ਨਹੀਂ ਉਹਦੇ ਬਾਰੇ ਨਹੀਂ ਜੀ ਮੈਂ ਅਜੇ ਕੁਛ ਵੀ ਕਿਹਾ ਦਾ ਨਾਮ ਮੈਨੂੰ ਉਹਦੇ ਬਾਰੇ।